22 ਜਨਵਰੀ ਨੂੰ ਅਯੋਧਿਆ ਦੇ ਰਾਮ ਮੰਦਿਰ ਵਿੱਚ ਭਗਵਾਨ ਰਾਮ ਪ੍ਰਤਿਮਾ ਦਾ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਅਯੋਧਿਆ ਸਣੇ ਪੂਰੇ NCR ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ 22 ਜਨਵਰੀ ਨੂੰ ਅਯੋਧਿਆ ਵਿੱਚ ਸਿਰਫ ਅਜਿਹੇ ਲੋਕਾਂ ਦੀ ਐਂਟਰੀ ਹੋਵੇਗੀ ਜਿਨ੍ਹਾਂ ਨੂੰ ਸੱਦਾ ਮਿਲਿਆ ਹੈ, ਪਰ ਬਾਵਜੂਦ ਇਸ ਦੇ ਲੋਕ VIP ਐਂਟਰੀ ਲਈ ਤਰ੍ਹਾਂ ਤਰ੍ਹਾਂ ਦੇ ਜੁਗਾੜ ਲਾ ਰਹੇ ਨੇ। ਅਯੋਧਿਆ ਵਿੱਚ 22 ਜਨਵਰੀ ਨੂੰ ਐਂਟਰੀ ਲਈ ਵਟਸਐਪ 'ਤੇ VIP ਪਾਸ ਭੇਜੇ ਜਾ ਰਹੇ ਨੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਪਾਸ ਪ੍ਰਸ਼ਾਸਨ ਵੱਲੋਂ ਨਹੀਂ ਸਗੋਂ ਸਾਈਬਰ ਠੱਗਾਂ ਵੱਲੋਂ ਭੇਜੇ ਜਾ ਰਹੇ ਨੇ। ਵਟਸਐਪ 'ਤੇ ਭੇਜੇ ਜਾ ਰਹੇ ਮੈਸੇਜ ਵਿੱਚ ਲਿਖਿਆ ਹੈ, ਤੁਹਾਨੂੰ 22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਵਿੱਚ VIP ਪਾਸ ਮਿਲ ਰਿਹਾ ਹੈ, ਐਪਲੀਕੇਸ਼ਨ ਇੰਸਟਾਲ ਕਰਕੇ VIP ਪਾਸ ਡਾਊਨਲੋਡ ਕਰੋ। ਕਈ ਲੋਕਾਂ ਨੂੰ ਵਟਸਐਪ 'ਤੇ ਇੱਕ ਮੈਸੇਜ ਮਿਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਸੇਵ ਕਰਕੇ ਰੱਖ ਲਓ, ਇਸ ਪਾਸ ਨੂੰ ਦਿਖਾ ਕੇ 22 ਜਨਵਰੀ ਨੂੰ ਸਮਾਰੋਹ ਵਿੱਚ ਤੁਹਾਡੀ ਐਂਟਰੀ ਹੋ ਜਾਵੇਗੀ। ਇਸ ਮੈਸੇਜ ਦੇ ਨਾਲ ਹੀ ਇੱਕ ਐਪ ਦੀ APK ਫਾਈਲ ਵੀ ਭੇਜੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਫ੍ਰੀ VIP ਪਾਸ ਲਈ ਇਸ ਐਪ ਨੂੰ ਡਾਊਨਲੋਡ ਕਰੋ। ਦਰਅਸਲ ਇਸ APK ਫਾਈਲ ਜ਼ਰੀਏ ਹੈਕਰਸ ਤੁਹਾਡੇ ਫੋਨ ਵਿੱਚ ਮੈਲਵੇਅਰ ਇੰਸਟਾਲ ਕਰ ਰਹੇ ਨੇ। ਇੱਕ ਵਾਰ ਮੈਲਵੇਅਰ ਦੇ ਇੰਸਟਾਲ ਹੋ ਜਾਣ ਦੇ ਬਾਅਦ ਉਹ ਤੁਹਾਡੇ ਫੋਨ ਨੂੰ ਪੂਰੀ ਤਰ੍ਹਾਂ ਤੋਂ ਦੂਰ ਬੈਠੇ ਹੀ ਕੰਟਰੋਲ ਕਰ ਸਕਦੇ ਨੇ। ਉਸਦੇ ਬਾਅਦ ਉਹ ਤੁਹਾਡੇ ਬੈਂਕ ਅਕਾਊਂਟ ਨੂੰ ਵੀ ਚੂਨਾ ਲਗਾ ਸਕਦੇ ਨੇ। ਬਿਹਤਰ ਇਹ ਹੋਵੇਗਾ ਕਿ VIP ਪਾਸ ਦੇ ਚੱਕਰ ਵਿੱਚ ਨਾ ਪਓ ਅਤੇ 22 ਜਨਵਰੀ ਦੇ ਬਾਅਦ ਹੀ ਅਯੋਧਿਆ ਯਾਤਰਾ ਦੀ ਪਲਾਨਿੰਗ ਕਰੋ। ਇਸ ਮੈਸੇਜ ਦੇ ਇਲਾਵਾ ਵੀ ਕਈ ਫਰਜ਼ੀ ਵੈਬਸਾਈਟ ਜ਼ਰੀਏ ਅਯੋਧਿਆ ਕੋਲ ਪਾਸ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਸਾਈਟ 'ਤੇ ਮੈਸੇਜ ਤੋਂ ਦੂਰ ਰਹੋ।